ਪ੍ਰੋਗਰਾਮ ਸੀ ਵਿਆਹ ਸ਼ਾਦੀ ਦਾ ਜੀ, ਉੱਥੋਂ ਵਧੀਆ ਪ੍ਰੋਗਰਾਮ ਹੋ ਗਿਆ, ਡੀ ਜੇ ਜੂਜੇ ਸਾਰੇ ਬੰਦ ਕਰਤੇ, ਪ੍ਰੋਗਰਾਮ ਦੀ ਸਮਾਪਤੀ ਕਰਤੀ, ਭਾਂਡਾ ਠੀਕਰ ਸੀ ਸਾਰਾ ਸੰਭਾਲਤਾ ਜੀ। ਉਹ ਨਾਲ ਦੇ ਬੰਦਿਆਂ ਨੇ ਸਾਹਮਣੇ ਗਵਾਂਢੀਆਂ ਨੇ ਕੀ ਕਰਿਆ, ਡੀ ਜੇ ਲਿਆ ਕੇ ਧੱਕੇ ਨਾਲ ਲਾ ਕੇ ਅਸੀਂ ਬੰਦ ਕਰਾਉਂਦੇ ਸੀਗੇ, ਉਹਨਾਂ ਨੇ ਸਾਡੇ 'ਤੇ ਇੱਟਾਂ ਦਾ ਹਮਲਾ ਕਰਿਆ ਜੀ ਉੱਥੇ ਉੱਤੇ। ਕਿੰਨੇ ਜਣੇ ਜ਼ਖਮੀ ਆ ਤੁਸੀਂ? ਕੀ ਅਸੀਂ 5 ਜਣੇ ਜ਼ਖਮੀ ਆ ਜੀ। ਕੌਣ ਕੌਣ? ਇੱਕ ਮੇਰਾ ਤਾਏ ਦਾ ਮੁੰਡਾ ਜੀ, 2 ਮੇਰੀਆਂ ਭਰਜਾਈਆਂ ਜੀ, 1 ਮੇਰਾ ਬਾਈ ਜੀ। ਮੌਤ ਵੀ ਹੋਈ? ਹਾਂਜੀ, ਮੇਰੀ ਮੰਮਾ ਦੀ ਮੌਤ ਹੋਈ ਆ। ਜਿਹੜਾ ਵਿਆਹ ਚੱਲ ਰਿਹਾ ਸੀ, ਵਿਆਹ ਤੁਹਾਡੇ ਸੀ ਚੱਲ ਰਿਹਾ ਸੀ ਕਿ ਕਿਸੇ ਹੋਰ ਚੱਲ ਰਿਹਾ? ਸਾਡੇ ਅੰਕਲ ਕੇ ਚੱਲ ਰਿਹਾ ਸੀ। ਅੱਛਾ, ਮਾਰਨ ਵਾਲੇ ਕੌਣ ਸੀ? ਮਾਰਨ ਵਾਲੇ ਜੀ ਸਾਹਮਣੇ ਗਵਾਂਢੀ ਸੀਗੇ। ਅੱਛਾ, ਕੌਣ ਆ ਗਿਆ? ਨਾਂ ਜੀ ਨਛੱਤਰ ਸਿੰਘ, ਅਤੇ ਉਹਦੇ ਮੁੰਡੇ ਸੀਗੇ ਜੀ, ਅਤੇ 2 ਉਹਦੇ ਭਰਾ ਦੇ ਮੁੰਡੇ ਸੀ। ਇਹ 8:30 ਵਜੇ ਦੀ ਘਟਨਾ। ਠੀਕ, ਤੁਸੀਂ ਕੀ ਰੋਕਣ ਗਏ ਸੀ? ਨਹੀਂ ਜੀ, ਮੈਂ ਤਾਂ ਮੇਰੀ ਮੰਮਾ ਨੇ ਉਹਨੇ ਜਦੋਂ ਇੱਟ ਮਾਰੀ ਤਾਂ ਤੋਂ, ਜਦੋਂ ਉਹਨੇ ਰੌਲਾ ਪਾਇਆ ਮੈਂ ਤਾਂ ਉਹਨੂੰ ਚੱਕਣ ਗਿਆ ਸੀ, ਅਤੇ ਉਹਨਾਂ ਨੇ ਉਹਦੇ ਵੱਡੇ ਮੁੰਡੇ ਨੇ ਆ ਕੇ ਮੇਰੇ ਵਿੱਚ ਸਿਰ 'ਚ ਟੰਬਾ ਮਾਰਿਆ ਜੀ। ਬਾਕੀਆਂ ਦੇ ਇਹਨਾਂ ਨੂੰ ਸਾਰਿਆਂ ਨੂੰ ਬੇਹੋਸ਼ ਕਰਤਾ ਸੀ, ਉਹਨੇ ਤਾਂ ਤੋਂ ਇੱਟਾਂ ਸਿੱਟੀ ਜਾਂਦੇ ਸੀ ਜੀ, ਉਹ ਥੱਲੇ ਫਾਹ ਨਹੀਂ ਪੈ ਰਿਹਾ ਸੀ। ਪੁਲਿਸ ਨੇ ਕੀ ਕਾਰਵਾਈ ਕੀਤੀ? ਪੁਲਿਸ ਨੇ ਤਾਂ ਹਜੇ ਕੋਈ ਕਾਰਵਾਈ ਨਹੀਂ ਜੀ, ਹਜੇ ਤਾਂ ਕਹਿੰਦੇ ਆ ਕਾਰਵਾਈ ਕਰਦੇ ਹਾਂ, ਅਤੇ ਕਾਰਵਾਈ ਠੀਕ ਕਰੀ ਤਾਂ ਨਹੀਂ ਤਾਂ ਵੀ ਅਸੀਂ ਤਾਂ ਉਹਨਾਂ ਜ਼ਿਕਰ ਸੰਸਕਾਰ ਨਹੀਂ ਹੋਣ ਦਿੰਦੇ। ਸਰ, ਖੁੱਡੀਆਂ ਮਹਾਂ ਸਿੰਘ ਰਾਤ ਕੋਈ ਸੁਨੀਲ ਕੁਮਾਰ ਦੀ ਸ਼ਾਦੀ ਸੀਗੀ, ਉੱਥੇ ਕੋਈ ਡੀ ਜੇ ਨੂੰ ਲੈ ਕੇ ਆਂਢ ਗੁਆਂਢ ਆਹਮੋ ਸਾਹਮਣੇ ਘਰ ਹੈ, ਉਹਦਾ ਕੋਈ ਉਹਨਾਂ ਦਾ ਆਪਸ ਡੀ ਜੇ ਨੂੰ ਬੰਦ ਕਰਾਉਣ ਦੇ ਵਿੱਚ ਕੋਈ ਲੈ ਕੇ ਝਗੜਾ ਹੋਇਆ ਸੀ, ਜਿਸ ਸੰਬੰਧ ਵਿੱਚ ਕੋਈ ਤੈਸ਼ ਚਾ ਕੇ ਇੱਕ ਦੂਜੇ ਪ੍ਰਤੀ ਇੱਟਾਂ ਰੋੜੇ ਚੱਲਣ ਲੱਗ ਗਏ, ਅਤੇ ਨਛੱਤਰ ਸਿੰਘ ਪਾਰਟੀ ਵੱਲੋਂ ਕੋਈ ਰੋੜਾ ਜਾਂ ਇੱਟ ਵੱਜੀ ਹੈ। ਗੁਰਮੇਲ ਕੌਰ ਨਾਂ ਦੀ ਜਨਾਨੀ ਸੀ, 65 ਸਾਲ ਦੀ, ਉਹ ਛੜਾ ਛੜੂ ਰਹੀ ਸੀ, ਉਹਦੇ ਸਿਰ 'ਚ ਵੱਜਣ ਕਰਕੇ ਉਹਦੀ ਮੌਤ ਹੋ ਗਈ ਹੈ ਜੀ। 4 ਇਹਦੇ ਇੰਜਰਡ ਹੈ ਜੀ, 2 ਲੇਡੀਜ਼ ਔਰ 2 ਜੈਂਟਸ, ਅਤੇ ਮੁਕੱਦਮਾ ਨੰਬਰ 277, ਡੇਟ 17/12/23, ਅੰਡਰ ਸੈਕਸ਼ਨ 302, 323, 120 ਵਿੱਚ ਦਰਜ ਕਰ ਲਿਆ ਜੀ। ਇਨਵੈਸਟੀਗੇਸ਼ਨ ਜਾਰੀ ਹੈ, ਜਿਸ ਤਰ੍ਹਾਂ ਇਨਵੈਸਟੀਗੇਸ਼ਨ ਜੋ ਆਉਣਗੇ ਉਸ ਹਿਸਾਬ ਨਾਲ। ਕਿੰਨੇ ਬੰਦਿਆਂ 'ਤੇ ਮਾਮਲਾ ਦਰਜ ਕੀਤਾ ਹੈ ਕਿ ਕੋਈ ਦੂਸਰੀ? ਮਾਮਲਾ 5 ਬੰਦਿਆਂ ਦਰਜ ਹੋਇਆ ਜੀ, ਅਕੋਰਡਿੰਗ ਟੂ ਸਟੇਟਮੈਂਟ ਆਫ ਦੀ ਹਰਬੰਸ ਸਿੰਘ ਸਨ ਆਫ ਗੁਰਤੇਜ ਸਿੰਘ। ਦੂਸਰੀ ਧਿਰ ਦਾ ਵੀ ਆਇਆ ਕੋਈ ਇਸ ਤਰ੍ਹਾਂ ਦਾ ਲੜਾਈ ਦੇ ਵਿੱਚ? ਅਜੇ ਤਾਂ ਕੋਈ ਨਹੀਂ, ਮੈਟਰ ਆਫ ਇਨਵੈਸਟੀਗੇਸ਼ਨ, ਜੇ ਕੋਈ ਆਇਆ ਦੇਖ ਲਿਆ ਜਾਏਗਾ।